ਸਤਿ ਸ਼੍ਰੀ ਅਕਾਲ ਤੇ ਵੈਲਕਮ ਸਾਰਿਆਂ ਦੇ ਇੱਕ ਵਾਰ ਫਿਰ ਸਾਡੇ ਐਮ ਕੇ ਇਮੀਗ੍ਰੇਸ਼ਨ ਦੇ YouTube ਚੈਨਲ ਦੇ ਉੱਪਰ। ਮੇਰਾ ਨਾਮ ਪ੍ਰਿਥੀਪਾਲ ਸਿੰਘ ਗਿੱਲ, ਮੈਂ ਮੈਂਬਰ ਹਾਂ ICCRC ਦਾ। ਅੱਜ ਜਿਹੜੀ ਖਾਸ ਗੱਲ ਆਪਾਂ ਇਸ ਵੀਡੀਓ 'ਚ ਕਰਨੀ ਹੈ, ਪਹਿਲਾਂ ਤਾਂ ਜਨਵਰੀ ਇਨਟੇਕ ਨੂੰ ਲੈ ਕੇ, ਜਿੱਥੇ ਹਲੇ ਵੀ ਕੁਝ ਸੀਟਸ ਅਵੇਲੇਬਲ ਹੈਗੀਆਂ ਨੇ, ਨਾਲ ਦੀ ਨਾਲ ਮਈ 2022 ਇਨਟੇਕ ਨੂੰ ਲੈ ਕੇ ਵੀ ਗੱਲ ਕਰਾਂਗੇ। ਇਸ ਤੋਂ ਇਲਾਵਾ ਰਿਫਿਊਜ਼ਲ ਕਿੰਨੇ ਕਾ ਰਹੇ ਨੇ ਇਸ ਟਾਈਮ ਦੇ ਉੱਪਰ, ਉਹਦੇ ਬਾਰੇ ਵੀ ਗੱਲ ਕਰਾਂਗੇ। ਔਰ ਰਿਫਿਊਜ਼ਲ ਤੋਂ ਬਾਅਦ ਜਿਹੜੀਆਂ ਰੀਐਪਲੀਕੇਸ਼ਨਸ ਕੀਤੀਆਂ ਨੇ, ਖਾਸ ਤੌਰ ਤੇ ਅਸੀਂ ਜਿਹੜੇ ਕੀਤੀਆਂ ਨੇ, ਉਹਨਾਂ ਦੇ ਰਿਜ਼ਲਟਸ ਕਿੱਦਾਂ ਦੇ ਨੇ, ਨਾਲ ਦੀ ਨਾਲ ਐਂਡ ਤੁਹਾਨੂੰ ਇਸ ਵੀਡੀਓ 'ਚ ਇੱਕ ਸਟੂਡੈਂਟ ਨਾਲ ਅਸੀਂ ਮੁਲਾਕਾਤ ਵੀ ਕਰਾਵਾਂਗੇ, ਜਿਨ੍ਹਾਂ ਦਾ ਰੀਐਪਲੀਕੇਸ਼ਨ ਤੋਂ ਬਾਅਦ ਸਕਸੈਸਫੁਲੀ ਵੀਜ਼ਾ ਜਿਨ੍ਹਾਂ ਨੂੰ ਗ੍ਰਾਂਟ ਹੋਇਆ ਵਾ। ਜਨਵਰੀ 2022 ਲਈ ਹਲੇ ਵੀ ਸਾਡੇ ਕੋਲ ਕੁਝ ਕਾਲਜ ਵਿੱਚ ਸੀਟਸ ਅਵੇਲੇਬਲ ਨੇ। ਟੋਰਾਂਟੋ ਵਿੱਚ ਵੀ ਇੱਕ ਦੋ ਕਾਲਜ ਹੈਗੇ ਨੇ ਸਾਡੇ ਕੋਲ ਜਿੱਥੇ ਸਟਿਲ ਸੀਟਸ ਅਵੇਲੇਬਲ ਨੇ, ਪਲੱਸ ਟੂ ਵਾਲੇ ਸਟੂਡੈਂਟਸ ਲਈ ਵੀ ਔਰ ਗ੍ਰੈਜੂਏਟ ਸਟੂਡੈਂਟਸ ਲਈ ਵੀ। ਨਾਲ ਦੀ ਨਾਲ ਅਗਰ ਮੈਂ ਸਰੀ ਵੈਂਕੂਵਰ ਵਾਲੇ ਪਾਸੇ ਆਵਾਂ, ਉੱਥੇ ਵੀ ਜਿੱਦਾਂ ਸੇਂਟ ਲਾਰੈਂਸ ਦਾ ਕਾਲਜ ਹੈਗਾ, ਉਹਨਾਂ ਕੋਲ ਸੀਟਸ ਅਵੇਲੇਬਲ ਨੇ। ਕੈਪੇਲਾਨੋ ਯੂਨੀਵਰਸਿਟੀ ਆ, ਯੂਨੀਵਰਸਿਟੀ ਕੈਨੇਡਾ ਵੈਸਟ ਆ, ਇਹਦੇ ਕੁਝ ਹੋਰ ਦੋ ਤਿੰਨ ਇੰਸਟੀਟਿਊਸ਼ਨ ਨੇ ਜਿੱਥੇ ਸਟਿਲ ਹਲੇ ਜਨਵਰੀ 2022 ਲਈ ਸੀਟਸ ਅਵੇਲੇਬਲ ਨੇ। ਤੁਹਾਡੇ ਕੋਲ ਅਗਰ ਤੁਹਾਡੀ ਪ੍ਰੋਪਰ ਡਾਕੂਮੈਂਟੇਸ਼ਨ ਸਾਰੀ ਹੈਗੀ ਆ, ਤੁਹਾਡੇ ਰਿਜ਼ਲਟਸ ਹੈਗੇ ਨੇ, ਤੁਸੀਂ ਆਇਲਸ ਕੀਤੀ ਹੋਈ ਆ, ਜ਼ਰੂਰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਇੱਥੇ SDS ਤੇ ਨਾਨ SDS ਦੋਨਾਂ ਲਈ ਆਪਸ਼ਨਸ ਅਵੇਲੇਬਲ ਨੇ, ਤੇ ਤੁਸੀਂ ਜ਼ਰੂਰ। ਔਰ ਕੁਝ ਇੰਸਟੀਟਿਊਸ਼ਨ ਦੇ ਵਿੱਚ ਐਪਲੀਕੇਸ਼ਨ ਫੀ ਵੇਵਰ ਵੀ ਹੈਗਾ ਵਾ, ਇਹਦੀ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ, ਸਾਡੇ ਨੰਬਰ ਸਾਹਮਣੇ ਡਿਸਪਲੇ ਹੋ ਰਹੇ ਨੇ, ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਔਰ ਹਲੇ ਵੀ ਅਗਲੇ 10-15 ਦਿਨਾਂ ਦੇ ਵਿੱਚ ਆਪਾਂ ਇਹਨਾਂ ਕਾਲਜ ਦੇ ਵਿੱਚ ਐਪਲੀਕੇਸ਼ਨ ਪਾ ਕੇ ਆਪਣੀ ਆਫਰ ਲੈ ਸਕਦੇ ਹਾਂ। ਨਾਲ ਦੀ ਨਾਲ ਮਈ 2022 ਇਨਟੇਕ ਹੁਣ ਖੁੱਲ੍ਹ ਗਈ ਹੈ ਬਹੁਤ ਜਗ੍ਹਾ ਦੇ ਉੱਪਰ, ਟੋਰਾਂਟੋ, ਬਰੈਂਪਟਨ ਸਾਈਡ ਤੇ ਵੀ, ਪੈਂਟੋਰੀਓ ਤੇ ਕੁਝ ਕਾਲਜ ਨੇ, ਜਾਰਜੀਅਨ ਕਾਲਜ ਆ, ਕੋਨਸਟੋਗਾ ਨੇ ਆਪਣੀ ਐਪਲੀਕੇਸ਼ਨ ਖੋਲ੍ਹ ਦਿੱਤੀਆਂ ਨੇ। ਇੱਦਾਂ ਹੀ ਸਰੀ ਵੈਂਕੂਵਰ ਦੇ ਵਿੱਚ ਬਹੁਤ ਸਾਰੇ ਕਾਲਜ ਨੇ ਹੁਣ ਆਪਣੀਆਂ ਐਪਲੀਕੇਸ਼ਨ ਅਕਸੈਪਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਮਈ 2022 ਇਨਟੇਕ ਲਈ। ਨੋਵਾ ਸਕੋਸ਼ੀਆ ਦੇ ਕੁਝ ਇੰਸਟੀਟਿਊਸ਼ਨ ਨੇ, ਹੋਰ ਵੀ ਕੈਨੇਡਾ ਦੇ ਵਿੱਚ ਮਈ 2022 ਲਈ ਵੀ ਕਾਫੀ ਕਾਲਜਿਸ ਨੇ ਆਪਣਾ ਆਪਦੇ ਜਿਹੜੇ ਪ੍ਰੋਗਰਾਮ ਨੇ ਖੋਲ੍ਹ ਦਿੱਤੇ ਨੇ। ਮਈ 2022 ਕਿਉਂਕਿ ਛੋਟਾ ਸੈਸ਼ਨ ਟਰਮ ਹੁੰਦੀ ਹੈ, ਜਿਹਦੇ 'ਚ ਤੁਹਾਡੇ ਨੰਬਰ ਆਫ ਪ੍ਰੋਗਰਾਮਸ ਵੀ ਜ਼ਿਆਦਾ ਨਹੀਂ ਹੁੰਦੇ ਔਰ ਸੀਟਸ ਵੀ ਬਹੁਤ ਘੱਟ ਅਵੇਲੇਬਲ ਹੁੰਦੀਆਂ ਨੇ, ਇਸ ਕਰਕੇ ਇਹ ਨਾ ਸੋਚੋ ਕਿ ਬਹੁਤ ਦੂਰ ਹੈਗਾ ਵਾ। ਅਗਰ ਤੁਸੀਂ ਆਇਲਸ ਦਾ ਕਰ ਲਿਆ ਵਾ ਔਰ ਮਈ 2022 ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਦਿਸ ਇਜ਼ ਦਾ ਰਾਈਟ ਟਾਈਮ, ਐਜ ਕੁਇਕਲੀ ਐਜ਼ ਪੋਸੀਬਲ ਅਪਲਾਈ ਕਰੋ ਤਾਂ ਕਿ ਪ੍ਰੋਪਰ ਟਾਈਮ 'ਤੇ ਤੁਹਾਡੀ ਆਫਰ ਆ ਜਾਵੇ ਔਰ ਪ੍ਰੋਪਰ ਟਾਈਮ 'ਤੇ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀ ਆ ਇਮੀਗ੍ਰੇਸ਼ਨ ਕੈਨੇਡਾ ਵਿੱਚ ਲੌਜ ਕਰ ਸਕੋ। ਔਰ ਬਹੁਤ ਕਾਲਜਿਸ ਨੇ ਹੁਣ ਜਿਹੜਾ ਆਪਦਾ ਆਨਲਾਈਨ ਪ੍ਰੋਗਰਾਮ ਸੀਗੇ ਉਹਨਾਂ ਨੂੰ ਖਤਮ ਕਰਕੇ ਉਹਨਾਂ ਨੇ ਇਨ ਪਰਸਨ ਜਿਹੜੀਆਂ ਇਨ ਕਲਾਸ ਪ੍ਰੋਗਰਾਮਸ ਵਿੰਟਰ ਸੈਸ਼ਨ ਲਈ ਜਨਵਰੀ 2022 ਲਈ ਉਹ ਸਟਾਰਟ ਕਰ ਰਹੇ ਨੇ। ਕੁਛ ਜਗ੍ਹਾ 'ਤੇ ਉਹ ਹਾਈਬ੍ਰਿਡ ਪ੍ਰੋਗਰਾਮਸ ਵੀ ਦੇਣਗੇ, ਕੁਛ ਮਿਕਸ ਵੀ ਕਰਨਗੇ ਉਹ ਆਨਲਾਈਨ ਪਲੱਸ ਇਨ ਪਰਸਨ, ਬਟ ਮੈਕਸਿਮਮ ਜਿਹੜੇ ਇੰਸਟੀਟਿਊਸ਼ਨ ਨੇ ਹੁਣ ਜਿਹੜੇ ਕਾਫੀ ਪ੍ਰੋਗਰਾਮ ਉਹਨਾਂ ਦੇ ਜੋ ਰੈਗੂਲਰ ਕੋਵਿਡ ਤੋਂ ਪਹਿਲਾਂ ਸਿਚੁਏਸ਼ਨ ਸੀਗੀ ਉਹ ਸਿਚੁਏਸ਼ਨ 'ਚ ਆ ਕੇ ਅਗਰ ਆਨਲਾਈਨ ਵਕਤ 'ਚ ਕੋਵਿਡ ਸਿਚੁਏਸ਼ਨ ਠੀਕ ਰਹਿੰਦੀ ਆ ਤਾਂ ਮੈਕਸਿਮਮ ਜਿਹੜੀਆਂ ਕਲਾਸਿਸ ਨੇ ਤੁਹਾਨੂੰ ਇਨ ਪਰਸਨ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ। ਹੁਣ ਜੇ ਮੈਂ ਰਿਫਿਊਜ਼ਲ ਦੀ ਗੱਲ ਕਰਾਂ, ਰਿਫਿਊਜ਼ਲ ਦਾ ਰੇਟ ਹੁਣ ਉਹ ਨਹੀਂ ਹੈਗਾ ਜੋ ਅੱਜ ਤੋਂ 1-1.5 ਮਹੀਨਾ ਪਹਿਲਾਂ ਸੀਗਾ। ਕਾਫੀ ਪੋਜ਼ਿਟਿਵ ਰਿਜ਼ਲਟਸ ਆ ਰਹੇ ਨੇ ਜਨਵਰੀ 2022 ਇਨਟੇਕ ਦੇ। ਅਸੀਂ ਕੁਝ ਰੀਐਪਲੀਕੇਸ਼ਨਸ ਕੀਤੀਆਂ ਸੀ ਸਟੂਡੈਂਟਸ ਦੀਆਂ, ਜਿਨ੍ਹਾਂ ਦੇ 1.5-2 ਮਹੀਨੇ ਪਹਿਲਾਂ ਰਿਫਿਊਜ਼ਲ ਆ ਗਏ ਸੀਗੇ ਔਰ ਸਾਨੂੰ ਬਹੁਤ ਚੰਗੀ ਸਕਸੈਸ ਮਿਲੀ ਹੈ। ਇੱਦਾਂ ਦੇ ਇੱਕ ਸਟੂਡੈਂਟ ਨਾਲ ਅਸੀਂ ਤੁਹਾਨੂੰ ਹੁਣ ਮੈਂ ਮੁਲਾਕਾਤ ਵੀ ਕਰਾਊਂਗਾ ਇਸ ਵੀਡੀਓ ਦੇ ਐਂਡ ਦੇ ਵਿੱਚ। ਇਸ ਕਰਕੇ ਅਗਰ ਤੁਹਾਡਾ ਰਿਫਿਊਜ਼ਲ ਆਇਆ ਹੋਇਆ ਵਾ, ਜ਼ਰੂਰ ਤੁਸੀਂ ਸਾਡੇ ਨਾਲ ਕੰਸਲਟ ਕਰ ਸਕਦੇ ਹੋ। ਇਹ ਕੇਸ ਟੂ ਕੇਸ ਬੇਸਿਸ 'ਤੇ ਅਸੀਂ ਤੁਹਾਨੂੰ ਜ਼ਰੂਰ ਸਲਾਹ ਦੇ ਸਕਦੇ ਹਾਂ ਕਿ ਕੀ ਆਪਾਂ ਨੂੰ ਰੀਐਪਲੀਕੇਸ਼ਨ ਕਰਨੀ ਚਾਹੀਦੀ ਆ ਜਾਂ ਪ੍ਰੋਗਰਾਮ ਚੇਂਜ ਕਰਕੇ ਇੰਸਟੀਟਿਊਸ਼ਨ ਚੇਂਜ ਕਰਨੀ ਚਾਹੀਦੀ ਆ। ਅਤੇ ਪਰ ਜਿਹੜੇ ਹੁਣ ਰਿਜ਼ਲਟਸ ਨੇ ਤੁਹਾਨੂੰ ਮੈਂ ਅਗਰ ਦੱਸਾਂ, ਜਨਵਰੀ 2022 ਇਨਟੇਕ ਲਈ ਜੋ ਸਾਡੇ ਕੋਲ ਆ ਰਹੇ ਨੇ ਕਾਫੀ ਪੋਜ਼ਿਟਿਵ ਆ ਰਹੇ ਨੇ, ਬਹੁਤ ਸਾਰੀਆਂ PPRs ਆ ਰਹੀਆਂ ਨੇ ਰੈਗੂਲਰ ਬੇਸਿਸ ਦੇ ਉੱਪਰ, ਔਰ ਜੋ ਪਹਿਲਾਂ ਜਿਸ ਤਰੀਕੇ ਦਾ ਰਿਫਿਊਜ਼ਲ ਆਏ ਸੀਗੇ ਅਚਾਨਕ ਦੇਖਣ ਨੂੰ, ਉਹ ਹੁਣ ਕਾਫੀ ਘੱਟ ਗਏ ਨੇ ਔਰ ਮੈਨੂੰ ਉਮੀਦ ਆ ਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਜਿਹੜਾ ਇਹ ਪੋਜ਼ਿਟਿਵਿਟੀ ਇਹ ਅੱਗੇ ਨਾਲ ਵੀ ਇਨਕਰੀਜ਼ ਹੋਊਗੀ। ਤੁਸੀਂ ਆਪਦਾ ਕੋਈ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਪਾਉਣਾ ਚਾਹੁੰਦੇ ਹੋ, ਸਟੱਡੀ ਵੀਜ਼ਾ ਦੀ ਐਪਲੀਕੇਸ਼ਨ ਪਾਉਣਾ ਚਾਹੁੰਦੇ ਹੋ, ਅੰਟਾਇਰ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਪਾਉਣਾ ਚਾਹੁੰਦੇ ਹੋ, ਜ਼ਰੂਰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਸਾਡੇ ਨੰਬਰ ਤੁਹਾਡੇ ਸਾਹਮਣੇ ਡਿਸਪਲੇ ਹੋ ਰਹੇ ਨੇ, ਸਾਡੀ ਵੈਬਸਾਈਟ immigration.com, ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਸਾਡੇ ਨੰਬਰ। ਮੈਨੂੰ ਮਿਲਣਾ ਚਾਹੁੰਦੇ ਹੋ ਜਲੰਧਰ ਆਫਿਸ ਦੇ ਵਿੱਚ, ਪ੍ਰਾਇਰ ਅਪਾਇੰਟਮੈਂਟ ਲੈ ਕੇ ਤੁਸੀਂ ਮੈਨੂੰ ਵੀ ਮਿਲ ਸਕਦੇ ਹੋ। ਹੁਣ ਆ ਵੀਡੀਓ ਖਤਮ ਕਰਨ ਤੋਂ ਪਹਿਲਾਂ ਅਸੀਂ ਇੱਕ ਮੁਲਾਕਾਤ ਕਰਾਉਂਦੇ ਹਾਂ ਤੁਹਾਡੀ, ਸਾਡੇ ਉਹ ਸਟੂਡੈਂਟ ਨਾਲ ਜਿਨ੍ਹਾਂ ਦਾ 1.5 ਮਹੀਨਾ ਪਹਿਲਾਂ, 2 ਮਹੀਨੇ ਪਹਿਲਾਂ ਵੀਜ਼ਾ ਰਿਫਿਊਜ਼ ਹੋ ਗਿਆ ਸੀਗਾ ਔਰ ਉਸ ਤੋਂ ਬਾਅਦ ਰੀਐਪਲੀਕੇਸ਼ਨ ਤੋਂ ਬਾਅਦ ਉਹਦਾ ਵੀਜ਼ਾ ਸਕਸੈਸਫੁਲੀ ਗ੍ਰਾਂਟ ਹੋ ਗਿਆ। ਅਸੀਂ ਜੀ ਤੁਹਾਡੀ ਅੱਜ ਇੱਕ ਮੁਲਾਕਾਤ ਕਰਾ ਰਹੇ ਹਾਂ ਆਪਣੇ ਸਟੂਡੈਂਟ ਦੇ ਨਾਲ, ਜਿਨ੍ਹਾਂ ਦਾ 1.5 ਮਹੀਨਾ ਪਹਿਲਾਂ ਅਨਫੋਰਚੁਨੇਟਲੀ ਵੀਜ਼ਾ ਰਿਫਿਊਜ਼ ਹੋ ਗਿਆ ਸੀਗਾ ਔਰ ਅੱਜ ਉਹਨਾਂ ਦਾ ਵੀਜ਼ਾ ਸਟੈਂਪ ਹੋ ਕੇ ਪਾਸਪੋਰਟ ਮਿਲ ਗਿਆ ਉਹਨਾਂ ਨੂੰ। ਇਹਨਾਂ ਦਾ ਨਾਮ ਹੈਗਾ ਤਨਵੀਰ ਕੌਰ ਐਂਡ ਸ਼ੀ ਹੈਜ਼ ਡਨ BTECH ਇਨ ਕੰਪਿਊਟਰ ਸਾਇੰਸ 2016 ਦੇ ਵਿੱਚ। ਚੰਗਾ ਇਹਨਾਂ ਕੋਲ ਵਰਕ ਐਕਸਪੀਰੀਅੰਸ ਵੀ ਹੈਗਾ ਆਪਣੀ ਫੀਲਡ ਦਾ ਐਂਡ ਆਇਲਸ ਇਨ ਦਾ ਬੈਂਡ 6.5 ਨੋ ਲੈਸ ਦੈਨ 6। ਤਾਂ ਵੀ ਪਬਲਿਕ ਕਾਲਜ ਦੇ ਵਿੱਚ ਇਹਨਾਂ ਦੀ ਐਪਲੀਕੇਸ਼ਨ ਪਾਈ ਗਈ ਸੀ ਔਰ ਬਹੁਤ ਰੈਲੀਵੈਂਟ ਪ੍ਰੋਗਰਾਮ ਸੀ ਇਹਨਾਂ ਦਾ।
ਔਰ ਅਸੀਂ ਹੀ ਪਹਿਲੀ ਵਾਰ ਇਹਨਾਂ ਵੀਜ਼ਾ ਅਪਲਾਈ ਕੀਤਾ ਸੀਗਾ ਪਰ ਪਿਛਲੇ ਜਿਵੇਂ 1.5 ਮਹੀਨਾ ਪਹਿਲਾਂ ਕਾਫੀ ਵੀਜ਼ਾ ਰਿਫਿਊਜ਼ ਹੋਏ ਨੇ ਸਾਡੇ ਕੁਝ ਸਟੂਡੈਂਟਸ ਦੇ ਬਹੁਤ ਲਿਮਿਟਡ ਜਿਹੇ ਸਟੂਡੈਂਟਸ ਦੇ ਵੀਜ਼ਾ ਰਿਫਿਊਜ਼ ਹੋਏ ਨੇ ਤੋ ਸ਼ੀ ਵਾਜ਼ ਵਨ ਆਊਟ ਆਫ ਦੈਮ ਤੇ ਇਹਨਾਂ ਨਾਲ ਆਪਾਂ ਛੋਟੀ ਜਿਹੀ ਗੱਲ ਕਰਦੇ ਹਾਂ ਅੱਜ ਤੇ ਵੀਰ ਕਿੱਦਾਂ ਲੱਗਿਆ ਤੁਹਾਨੂੰ ਜਦ ਤੁਹਾਡਾ ਪਹਿਲੀ ਵਾਰ ਵੀਜ਼ਾ ਰਿਫਿਊਜ਼ ਹੋਇਆ Sir, when I got first refusal, at that time I was panic as well, also felt very bad. But at that time I told to ma'am, please reapply once again, and definitely we will get visa because this sir and your team is very hardworking, and definitely they will get my visa on my profile. Actually, बहुत इन्हाँ दे मैं भी कहता हूँ बहुत मैं appreciate करता बहुत सारे स्टूडेंट एकदम विश्वास खो देंगे ने इन्होंने नहीं खोया एंड शी वॉज वेरी कॉन्फिडेंट कि नहीं जी मैंने पता तुम वीज़ा मेरा जरूर ले जाओगे शी इज विद अस फ्रॉम लास्ट 5-6 महीनों तो बिच इन्हों की मैरिज भी होगी शी इज लिव्स इन हिमाचल हिमाचल प्रदेश तो शी वॉज वेरी कॉन्फिडेंट कि नहीं जी मैं वीज़ा तुम्हें दवा देना वा और साड़ी मेहनत भी कम आई है और रब ने भी थोड़ी हेल्प की है थोड़ा विश्वास हों बड़ा स्ट्रोंग हों एंड विद इन 1.25 महीने ही दोबारा इन्हों का जो वीज़ा वो ग्रांट होकर आ गया वा हूँ कि लग रहा तुम्हें सर हूँ मैंने बहुत खुशी हो रही है आई एम वेरी ग्लैड टू इन्फॉर्म यू दैट कि आई गॉट माय कनाडा स्टडी वीजा आज ही मैं थोड़ा आज ही है पासपोर्ट स्टैंप को यस सर दिखाओ जरा सब पासपोर्ट गुड हियर इज माय स्टैंप हां इनदा और ਤੁਸੀਂ ਹੁਣ ਕਿਦਾਂ ਲੱਗਿਆ ਤੁਹਾਨੂੰ ਕਿ ਸਰ ਸਾਡੀ ਸਰਵਿਸਿਜ਼ ਦੇ ਵਿੱਚ ਕਿਤੇ ਤੁਹਾਨੂੰ ਲੱਗਿਆ ਵੀ ਕੋਈ ਕਮੀ ਹੈਗੀ ਹੈ ਜਾਂ ਕੋਈ ਚੀਜ਼ ਅਸੀਂ ਪ੍ਰੋਪਰ ਤੁਹਾਨੂੰ ਗਾਈਡ ਨਹੀਂ ਕਰ ਪਾਏ ਉਹਦੇ ਬਾਰੇ ਦੱਸੋ Overall, my experience was very excellent with AMCAN immigration team because when I came to here and told to sir about my profile and he guided me properly about my course and also the future scope of my course and he chose very nice college that is the Conestoga College and I was very happy today because the hard work of AMCAN immigration team I got my visa and my dream will come true very soon I will land in Canada very very nice I think bahut jaldi hi hum Canada ja rahe ne assi inna nu apni good wishes extend karde ha aur assi pray karde ha rab nu utthe ja ke vi eh successfully apni padhai khatam karan aur apni field de vich eh changi unnu job mile aur kamyab hon